ਤੁਸੀਂ ਕਿੰਨੀ ਦੇਰ ਹੋਈ ਤੁਹਾਡੀ ਸਰਜਰੀ ਨੂੰ ਐਮਜੀਬੀ ਦੀ? ਤਿੰਨ ਮਹੀਨੇ ਹੋਏ। ਤੇ ਜਿਵੇਂ ਤੁਸੀਂ 3 ਮਹੀਨੇ ਪਹਿਲਾਂ ਆਏ ਸੀ ਉਦੋਂ ਕੀ ਪ੍ਰੋਬਲਮਸ ਕੀ ਸੀਗੀਆਂ ਜ਼ਿਆਦਾ? ਬਹੁਤ ਜ਼ਿਆਦਾ ਉਬੀਸ ਸੀਗੇ, ਇਹਨਾਂ ਨੂੰ ਚੱਲਣ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ, ਇਹਨਾਂ ਦੇ ਜਿੱਦਾਂ ਜੁਆਇੰਟਸ, ਨੀ ਜੁਆਇੰਟ ਬਹੁਤ ਦਰਦ ਕਰਦਾ ਸੀਗਾ ਅਤੇ ਬਹੁਤ ਹਾਈਪੋ ਐਕਟਿਵ ਰਹਿੰਦੇ ਸੀਗੇ, ਇੰਨੇ ਮਤਲਬ ਕਿ ਸੁਸਤ ਰਹਿਣਾ, ਬੋਲਣਾ ਨਹੀਂ, ਡਿਪਰੈਸ਼ਨ ਨਹੀਂ, ਇੰਨਾ ਨਹੀਂ ਬੋਲਦੇ ਵੀ ਨਹੀਂ। ਹੁਣ 3 ਮਹੀਨੇ ਬਾਅਦ ਜਿਹੜੀ ਆਪਾਂ ਪਿਕਚਰ ਦੇਖਦੇ ਹਾਂ, ਹੁਣ ਕੀ ਫਰਕ ਲੱਗਦਾ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ, ਇਹਨਾਂ ਦੇ ਫਰਕ ਵੀ ਆਏ ਵੀ ਮੇਰੇ ਸਰੀਰ 'ਚ ਬਹੁਤ ਜ਼ਿਆਦਾ ਐਕਟਿਵ ਹੋ ਗਿਆ, ਐਕਟੀਵਿਟੀ ਹੁਣ ਵੱਧ ਗਈ। ਹੁਣ ਕਿੰਨੇ ਕੁ ਐਕਟਿਵ ਹੋ ਗਏ ਹੁਣ? ਫਿਰ ਕੰਮ ਸ਼ੁਰੂ ਕਰ ਦਿੰਦੇ ਘਰ ਦਾ, ਫਿਰ ਖਤਮ ਕਿੰਨੇ ਵਜੇ ਕਰ ਦਿੰਦੇ? ਖਤਮ ਜਲਦੀ ਹੋ ਜਾਂਦਾ ਚਲੋ। ਅੱਛਾ, ਸਾਨੂੰ ਉਠਾ ਦਿੰਦੇ, ਤੁਹਾਨੂੰ ਜਗਾ ਦਿੰਦੇ ਆ। ਤੇ ਬੀਇੰਗ ਡਾਕਟਰਸ, ਜਿਵੇਂ ਤੁਸੀਂ ਹੁਣ ਦੋਨੇ ਡਾਕਟਰ ਹੋ, ਤੁਸੀਂ ਇਹ ਫੈਸਲਾ ਜਦੋਂ ਲਿਆ ਵੀ ਮਦਰ ਦਾ, ਤੁਹਾਡੇ ਮਦਰ ਆ ਨਾ, ਹਾਂਜੀ, ਤੇ ਤੁਹਾਡੇ ਮਦਰ ਇਨ ਲਾਅ ਹੋ ਗਏ, ਤੇ ਜਿਵੇਂ ਹੁਣ ਚਲੋ ਅਮਰੀਕਾ 'ਚ ਤਾਂ ਇਹ ਬੈਰੇਟਿਕ ਸਰਜਰੀ ਬੜੀ ਪੁਰਾਣੀ ਚੱਲਦੀ ਆ, ਪਰ ਫਿਰ ਵੀ ਜਦੋਂ ਆਪਣਿਆਂ 'ਤੇ ਗੱਲ ਆਉਂਦੀ ਹੈ ਫੈਸਲਾ ਲੈਣਾ ਤਾਂ ਮੁਸ਼ਕਿਲ ਹੁੰਦਾ ਹੀ ਆ, ਤੇ ਤੁਸੀਂ ਕਿਵੇਂ ਡਿਸਾਈਡ ਕੀਤਾ ਵੀ ਇਹਨਾਂ ਦੀ ਕਰਾਈਏ ਬੈਰੇਟਿਕ ਸਰਜਰੀ? ਸਰ, ਇੱਕ ਤਾਂ ਮਤਲਬ ਇਹਨਾਂ ਨੇ ਨਾ ਜਦੋਂ ਲੀਵਰ ਦੀ ਪ੍ਰੋਬਲਮ ਆ ਰਹੀ ਸੀਗੀ ਬਹੁਤ ਜ਼ਿਆਦਾ, ਪੈਥੋਲੋਜੀਕਲ ਕੰਡੀਸ਼ਨਸ ਆ ਰਹੀਆਂ ਸੀਗੀਆਂ ਮੈਡੀਕਲ ਦੀ, ਹੈ ਨਾ, ਨੈਸ਼ ਸਟਾਰਟ ਹੋ ਗਿਆ ਸੀ ਇਹਨਾਂ ਦਾ, ਫਾਈਬਰੋਟਿਕ ਲੀਵਰ ਹੋ ਗਿਆ ਸੀਗਾ, ਐਂਡ ਦੈਨ ਜਿਹੜੀਆਂ ਬਾਕੀ ਡਿਪਰੈਸ਼ਨ ਸੀਗਾ ਜਾਂ ਉਹ ਵੀ ਸੀ, ਸਾਨੂੰ ਲੱਗ ਰਿਹਾ ਸੀਗਾ ਕਿਤੇ ਨਾ ਕਿਤੇ ਵੇਟ ਹੀ ਮੇਨ ਰੀਜ਼ਨ ਆ ਜਿਹੜਾ। ਜਿਹੜਾ ਡਿਪਰੈਸ਼ਨ ਦੀ ਆਪਾਂ ਗੱਲ ਕਰੀਏ, ਉਸ ਵੇਲੇ ਮੇਰੇ ਖਾਸ ਧਿਆਨ ਸੀ ਇਹ ਗੱਲ ਕਿ ਡਿਪਰੈਸ਼ਨ ਵਾਲਾ ਜਿਹੜਾ ਪੇਸ਼ੈਂਟ ਹੈ ਉਹ ਬੜਾ ਟ੍ਰਿਕੀ ਹੁੰਦਾ ਪੇਸ਼ੈਂਟ, ਕਿਉਂਕਿ ਕਈ ਵਾਰੀ ਇਹ ਵੀ ਹੋ ਸਕਦਾ ਕਿ ਆਪਾਂ ਆਪਰੇਸ਼ਨ ਕੀਤਾ, ਭਾਰ ਘਟਦਾ, ਉਹਦਾ ਡਿਪਰੈਸ਼ਨ ਕਿਤੇ ਵੱਧ ਹੀ ਨਾ ਜਾਵੇ, ਕਿਉਂਕਿ ਇਹ ਹੁੰਦਾ ਨਾ ਜੇ ਮੁੜ ਕੇ ਫੁਲਕਾ ਨਾ ਖਾਧਾ ਗਿਆ, ਜੇ ਬੰਦਾ ਬੈਠਾ ਸੋਚੀ ਜਾਵੇ ਵੀ ਮੈਂ ਕੀ ਪੰਗਾ ਲੈ ਲਿਆ, ਫਿਰ ਡਿਪਰੈਸ਼ਨ ਵੱਧ ਵੀ ਸਕਦਾ। ਪਰ ਹੁਣ ਇਹਨਾਂ ਦਾ ਡਿਪਰੈਸ਼ਨ ਦਾ ਕਿਵੇਂ ਲੱਗਦਾ ਤੁਹਾਨੂੰ? ਉਹਦੇ ਨਾਲ ਐਨ ਆਪੋਜ਼ਿਟ ਸਰ, ਜਿੰਨਾ ਜਿਹੜੀਆਂ ਮੈਡੀਸਨ ਸੀਗੀਆਂ ਡਿਪਰੈਸ਼ਨ ਸੀਗੀਆਂ ਉਹ ਬਹੁਤ ਜ਼ਿਆਦਾ ਘੱਟ ਗਈਆਂ, ਈਵਨ ਜਿਹੜੀਆਂ ਅਸੀਂ ਸੋਚੀਆਂ ਵੀ ਨਹੀਂ ਸੀਗਾ ਕਿ ਇੰਨਾ, ਲਾਈਕ 70-80% ਘੱਟ ਗਈਆਂ ਉਹ ਡਿਪਰੈਸ਼ਨ ਦੀ ਮੈਡੀਸਨ ਘੱਟ ਗਈਆਂ। ਹਾਂ, ਤੇ ਹੁਣ ਜ਼ਿਆਦਾ ਖੁਸ਼ ਰਹਿੰਦੇ ਹੋ, ਤੁਹਾਨੂੰ ਅੰਦਰੋਂ ਮਤਲਬ ਖੁਸ਼ੀ ਝਲਕਦੀ ਆ? ਬਹੁਤ ਜ਼ਿਆਦਾ, ਹੈ ਪੂਰੇ ਜ਼ਿਆਦਾ ਝਲਕਦੀ ਆ, ਇੰਨੇ ਟਾਕੇਟਿਵ ਬਣ ਗਏ। ਹੁਣ ਜਿਵੇਂ ਤੁਸੀਂ ਵੀ ਸਵੇਰੇ ਉੱਠ ਕੇ ਆਪਾਂ ਦੇਖਦੇ ਆ, ਜਿਹੜੀ ਯੂਰ ਓਨ ਪਰਸੈਪਸ਼ਨ ਟੁਵਰਡਸ ਯੂਰਸੈਲਫ ਚੇਂਜਸ, ਕੰਫੀਡੈਂਸ ਵੱਧ ਜਾਂਦਾ ਬੰਦੇ ਦਾ, ਆਪਣੀ ਸੋਚ ਹੀ ਬਦਲ ਜਾਂਦੀ ਹੈ, ਸਵੇਰੇ ਤੋਂ ਪੋਜ਼ਿਟਿਵਿਟੀ ਸ਼ੁਰੂ ਹੋ ਗਈ, ਫਿਰ ਡਿਪਰੈਸ਼ਨ ਆਪਣੇ ਆਪ ਨਿਕਲਦਾ ਨਿਕਲ ਜਾਂਦਾ। ਪ੍ਰੋਵਾਈਡਡ ਕਿ ਜਿਹੜੀ ਇਹਦੀ ਡਿਜ਼ਾਈਨਿੰਗ ਹੈ, ਬੈਰੇਟਿਕ ਸਰਜਰੀ ਇਜ਼ ਜਸਟ ਲਾਈਕ ਟੇਲਰਿੰਗ, ਬਿਲਕੁਲ ਇਹ ਡਿਜ਼ਾਈਨਿੰਗ ਵਾਲਾ ਕੰਮ ਹੈ, ਕਿ ਤੇ ਇਹ ਨਾ ਹੋਵੇ ਨੌਜ਼ੀਆ, ਵੋਮਿਟਿੰਗ, ਰੈਚਿੰਗ, ਹਰ ਵੇਲੇ ਬੰਦਾ ਤੰਗ ਹੋਈ ਜਾਵੇ, ਠੀਕ ਹੈ। ਉਹਦੇ ਬਾਰੇ ਤੁਸੀਂ ਦੱਸੋ, ਜਿਹੜੀ ਤੁਹਾਡੀ ਇਹਨੂੰ ਅਸੀਂ ਕਹਿੰਦੇ ਹਾਂ ਜੀ ਆਈ ਕੁਆਲਿਟੀ ਇੰਡੈਕਸ, ਕਿ ਗੈਸਟਰੋ ਇੰਟੈਸਟੀਨਲ ਕੁਆਲਿਟੀ ਇੰਡੈਕਸ ਕੀ ਆ, ਵੀ ਤੁਹਾਡਾ ਪੇਟ ਖੁਸ਼ ਹੈ, ਖਾ ਕੇ ਮਨ ਭਰ ਜਾਂਦਾ ਤੁਹਾਡਾ, ਇਹ ਇੱਕ ਅੱਧੀ ਰੋਟੀ ਆਰਾਮ ਨਾਲ ਖਾ ਲੈਂਦੇ ਹੋ, ਇੱਕ ਰੋਟੀ ਦੋ ਰੋਟੀਆਂ ਵੀ ਖਾ ਲੈਂਦੇ ਹੋ, ਹਾਂਜੀ, ਸਬਜ਼ੀ ਸੁਬਜ਼ੀ ਦਹੀਂ ਖਾ ਲੈਂਦੇ ਹੋ ਨਾਲ, ਐਵਰੀਥਿੰਗ, ਜਦੋਂ ਇਕੱਠੇ ਬੈਠ ਕੇ ਖਾਂਦੇ ਆ ਤਾਂ ਨਹੀਂ ਲੱਗਦਾ ਵੀ ਇਹਨਾਂ ਦੀ ਕੋਈ ਸਰਜਰੀ ਹੋਈ ਹੋਈ ਆ ਪਹਿਲਾਂ। ਸਰ, 1% ਵੀ ਸਾਨੂੰ ਫੀਲ ਹੋਇਆ, ਜਸਟ ਜਿਹਨੂੰ ਪਤਾ ਹੈ ਉਹਨੂੰ ਪਤਾ ਹੈ, ਜਿੱਦਾਂ ਜੇ ਆਪਾਂ ਨੂੰ ਪਤਾ ਕਿ ਆਪਣਾ ਸਰਜਰੀ ਹੋਈ ਨਾ, ਕੋਈ ਨੋਰਮਲ ਬੰਦਾ ਦੇਖ ਕਹਿ ਨਹੀਂ ਸਕਦਾ ਕਿ ਇਹਨਾਂ ਨੂੰ ਕੋਈ ਮਤਲਬ ਖਾਣ ਲੱਗੇ ਜਾਂ ਕੋਈ ਦਵਾਈ, ਇਹ ਵੀ ਲੱਗਿਆ ਕਿ ਸਭ ਤੋਂ ਵੱਡੀ ਗੱਲ ਕਿ ਪਹਿਲੀ ਜ਼ਿੰਦਗੀ ਮੇਰੀ ਇਦਾਂ ਦੀ ਕਿ ਮੈਨੂੰ ਬਸ ਸੋਣਾ, ਚੰਗਾ ਘਟ ਗਿਆ ਤਾਂ ਫਿਰ ਬੰਦਾ ਕੀ ਕਰੇ, ਪੈ ਗਏ ਲਾਈਟ ਬੰਦ ਕਰਕੇ ਪੈ ਗਏ, ਕੋਈ ਘਰੇ ਆਇਆ ਉਹਨੂੰ ਮਿਲਣਾ ਨੀ, ਇੱਧਰ ਬੈਠੇ ਕਿਉਂਕਿ ਜਿੰਨੀਆਂ ਵੀ ਐਂਟੀ ਡਿਪਰੈਸੈਂਟਸ ਨੇ ਦੇ ਕਾਜ਼ ਬਿਗ ਅਮਾਊਂਟ ਆਫ ਵੇਟ ਗੇਨ, ਪੁਟਸ ਯੂ ਇਨਟੂ ਅ ਵਿਸ਼ੀਅਸ ਸਾਈਕਲ। ਸਰ, ਸਾਡੇ ਜਿਹੜੇ ਇਹਨਾਂ ਦੇ ਸੀਗੇ ਨਾ ਡਾਕਟਰ, ਸਾਈਕੈਟ੍ਰਿਸਟ ਡਾਕਟਰ ਜਲੰਧਰ ਫਿਮਸ ਤੋਂ ਸੀਗੇ, ਸਰ ਉਹਨਾਂ ਕਹਿੰਦੇ ਸੀ ਇਹ ਤੋਂ ਹੈਵੀ ਡੋਜ਼ ਮੈਂ ਦੇ ਹੀ ਨਹੀਂ ਸਕਦਾ, ਮਤਲਬ ਲਾਈਕ ਵਨ ਆਫ ਦਾ ਹੈਵੀਸਟ ਡੋਜ਼ਸ ਤੇ ਸੀਗੇ ਇਹ, ਇਵਨ ਇਹਨਾਂ ਦੀ ਐਡਮਿਸ਼ਨ ਵੀ ਹੋਈ, ਐਡਮਿਸ਼ਨ ਵੀ ਰਹੀ ਉੱਥੇ ਟਾਈਟਰ ਕਰਨ ਦੀ ਡੋਜ਼, ਕਿ ਬਹੁਤ ਜ਼ਿਆਦਾ ਡੋਜ਼ਸ ਤੇ ਲੱਗ ਗਏ, ਕਿ ਮੈਂ ਉਹਨੂੰ ਕਿਹਾ ਸੀ ਕਿ ਮੈਂ ਹੈ ਨਾ ਇਹ ਸਰਜਰੀ ਵੱਲੋਂ, ਸਰ ਕਹਿੰਦੇ ਸੀ ਮੈਂ ਅਲਾਓ ਨਹੀਂ ਕਰ ਸਕਦਾ, ਇੰਨੇ ਹੈਵੀ ਡੋਜ਼ਸ ਤੇ ਚੱਲ ਰਹੇ ਮੈਂ ਤੁਹਾਨੂੰ ਅਲਾਓ ਨਹੀਂ ਕਰ ਸਕਦਾ। ਹੁਣ ਹੁਣ ਦੇਖੋ ਸਾਈਕੈਟ੍ਰਿਸਟ ਦਾ ਜੇ ਹੀ ਆਪਾਂ ਅਮਰੀਕਾ 'ਚ ਹੁੰਦੇ, ਹਾਂਜੀ, ਇਹਨਾਂ ਦੀ ਸਰਜਰੀ ਅੱਜ ਨਹੀਂ ਹੋ ਸਕਣੀ, ਨਹੀਂ ਹੋ ਸਕਣੀ, ਕਿਉਂਕਿ ਸਾਈਕੈਟ੍ਰਿਸਟ ਫਿਟਿੰਗ ਅਲਾਓ ਕਰਦਾ ਜਾਂ ਨਹੀਂ ਕਰਦਾ, ਠੀਕ ਹੈ। ਅੱਛਾ, ਉਹਦੇ ਪਿੱਛੇ ਵੀ ਇੱਕ ਬਿਗ ਰੀਜ਼ਨ ਹੈ, ਕਿਉਂਕਿ ਬੈਰੇਟਿਕ ਸਰਜਰੀ ਦੇ ਨਾਲ ਆਪਾਂ ਕਹਿ ਦਿੰਦੇ ਹਾਂ ਯੂ ਨੀਡ ਟੂ ਚੇਂਜ ਯੋਰ ਲਾਈਫ ਸਟਾਈਲ, ਲਾਈਫ ਸਟਾਈਲ ਤਾਂ ਕੋਈ ਵੀ ਨਹੀਂ ਚੇਂਜ ਕਰ ਸਕਦਾ, ਲਾਈਫ ਸਟਾਈਲ ਤਾਂ ਸੰਤ ਮਹਾਤਮਾ ਚੇਂਜ ਕਰ ਸਕਦੇ ਆ, ਉਹ ਕਰ ਗਿਆ ਤਾਂ ਫਿਰ ਤਾਂ ਬੈਰੇਟਿਕ ਸਰਜਰੀ ਕਰਕੇ ਨਾਲ ਤੁਹਾਨੂੰ ਕਹਿ ਦਿੰਦੇ ਹਾਂ ਲਾਈਫ ਸਟਾਈਲ ਚੇਂਜ ਕਰ ਲਓ,
ਇੰਨਾ ਨਹੀਂ ਹੁੰਦਾ, ਥੋੜ੍ਹਾ ਬਹੁਤਾ ਹੋ ਸਕਦਾ। ਜਿਵੇਂ ਹੁਣ ਤੁਸੀਂ ਕਹਿੰਦੇ ਹੋ ਮੈਂ ਦੋ ਫੁਲਕੇ ਵੀ ਖਾ ਲੈਂਦੀ ਹਾਂ, ਮੈਂ ਕਹੂੰਗਾ ਦੋ ਫੁਲਕੇ ਨਾ ਖਾਓ, ਇੱਕ ਖਾ ਲਓ, ਠੀਕ ਹੈ, ਪਰ ਸਬਜ਼ੀ ਜ਼ਿਆਦਾ ਖਾ ਲਓ, ਸਲਾਦ ਖਾ ਲਓ, ਦਹੀਂ ਖਾ ਲਓ। ਅਜੇ ਤਾਂ 3 ਮਹੀਨੇ ਹੋਏ ਆ, ਵੇਟ ਹੋਰ ਘਟਣਾ, ਜ਼ਿਆਦਾ ਘਟ ਗਿਆ ਫਿਰ ਵੀਕਨੈਸ ਨਾ ਆ ਜਾਏ। ਇਸ ਲਈ ਦਹੀਂ ਲੱਸੀ ਬਿਲਕੁਲ ਪੇਂਡੂ ਸਟਾਈਲ ਪੂਰਾ ਜ਼ੋਰ ਰੱਖਣਾ, ਸਬਜ਼ੀ ਖਾਣੀ ਆ ਦਬਾ ਕੇ, ਸਲਾਦ ਵੀ ਖਾਣਾ ਰੋਟੀ ਤੋਂ ਪਹਿਲਾਂ, ਥਾਲੀ ਸਿਸਟਮ ਰੱਖਣਾ, ਰੋਟੀਆਂ 'ਤੇ ਨਹੀਂ ਜ਼ਿਆਦਾ ਕਰਨਾ, ਕਿਉਂਕਿ ਰੋਟੀਆਂ ਦੇ ਨਾਲ ਕੀ ਹੋਣਾ ਫਿਰ ਅਲਟੀਮੇਟਲੀ ਭਾਰ ਵੀ ਘੱਟ ਘੱਟਦਾ, ਠੀਕ ਹੈ। ਪਲੱਸ ਰੋਟੀਆਂ ਦੇ ਨਾਲ ਨਾ ਤੁਹਾਨੂੰ ਇੱਕ ਹੋਰ ਚੀਜ਼ ਵੀ ਇਹਦੇ 'ਚ ਹੁੰਦੀ ਹੈ, ਡੰਪਿੰਗ ਜਿਹਨੂੰ ਕਹਿੰਦੇ ਆ, ਡੰਪਿੰਗ ਦਾ ਇਹਨਾਂ ਨੂੰ ਹੌਲੀ ਹੌਲੀ ਸਮਝ ਆਉਣ ਲੱਗੂਗੀ। 3-4 ਘੰਟੇ ਬਾਅਦ ਜਾਂ ਕਿਸੇ ਨੂੰ 2 ਘੰਟੇ ਬਾਅਦ ਰੋਟੀਆਂ ਜੇ ਖਾਂਦੇ ਹਾਂ ਜਾਂ ਪਰੌਂਠਾ ਖਾਂਦੇ ਹਾਂ ਸਵੇਰੇ, ਫਿਰ ਤੁਹਾਨੂੰ ਇੱਦਾਂ ਲੱਗੂ ਬਸ ਹੁਣ ਮੈਂ ਤਾਕਤ ਨਹੀਂ ਹੈ ਸਰੀਰ 'ਚ, ਬਸ ਮੈਂ ਪੈ ਜਾਂ, ਘਬਰਾਹਟ ਹੋ ਰਹੀ। ਹੁੰਦਾ ਕਦੇ ਇੱਦਾਂ? ਅਜੇ ਐਕਚੁਲੀ ਸ਼ੁਰੂਆਤ ਆ ਨਾ, ਜਦੋਂ ਐਮ ਜੀ ਬੀ ਦਾ ਜਦੋਂ ਝਟਕਾ, ਇਸ ਤਰ੍ਹਾਂ ਕਿ ਮਸ਼ੀਨ ਗਾ, ਇੱਕ ਬੰਦੇ 'ਚੋਂ ਬੰਦਾ ਨਿਕਲ ਜਾਣਾ, ਠੀਕ ਆ, ਫਿਰ ਇਹ ਚੀਜ਼ਾਂ ਤੁਹਾਨੂੰ ਸਮਝ ਆਉਂਦੀਆਂ ਕਿ ਮੈਂ 2 ਪਰੌਂਠੇ ਸਵੇਰੇ ਖਾ ਲਏ, 2-3 ਘੰਟੇ ਬਾਅਦ ਘਬਰਾਹਟ ਹੋ ਗਈ, ਫਿਰ ਬੈੱਡ 'ਤੇ ਪੈ ਗਏ, ਇੱਦਾਂ ਲੱਗਦਾ ਸਰੀਰ 'ਚ ਜਾਨ ਹੀ ਨਹੀਂ ਆ। ਕਿਉਂਕਿ ਇਹ ਸਰਜਰੀ ਤੁਸੀਂ ਸੁਣਿਆ ਹੋਣਾ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ, ਬਹੁਤ ਫਰਕ ਹੈ, ਸ਼ੂਗਰ ਤੁਹਾਡੀ ਠੀਕ ਰਹਿੰਦੀ ਹੈ ਕੋਈ ਵਿਦਆਊਟ ਮੈਡੀਕੇਸ਼ਨ, ਪਹਿਲਾਂ 200 ਤੱਕ ਇਹਨਾਂ ਦੀ 500 ਤੱਕ ਈਵਨ 500 ਤੱਕ ਥੋੜਾ ਰਹਿੰਦੀ ਸੀ। ਸੀ ਵਾਟ ਵੀ ਹੈਵ ਡਨ, ਉਹਦੇ 'ਚ ਕੀ ਕੀਤਾ ਕਿ ਆਪਾਂ ਨੇ ਹੁਣ ਗੋਲੀਆਂ ਵੀ ਬੰਦ ਹੋ ਗਈਆਂ, ਇਹ ਤਾਂ ਕੋਈ ਦਵਾਈ ਨਹੀਂ, ਇਹ ਤਾਂ ਬਾਬਿਆਂ ਵਾਲਾ ਕੰਮ ਹੋ ਗਿਆ ਨਾ, ਆਹੀ ਬੰਦ ਕਰਤੀ ਦਵਾਈ ਵੀ, ਉਹ ਬਹੁਤ ਵੱਡੀ ਫੈਕਟਰ ਸੀ ਯਾਰ, ਇਹ ਕੁਦਰਤ ਨੇ ਆਪਾਂ ਨੂੰ ਸਿਖਾਇਆ, ਸਾਰਾ ਕੁਝ ਆਪਣੇ ਅੰਦਰ ਹੀ ਆ, ਮੇਰੀ ਕਾਫੀ ਸਾਰੀ ਦਵਾਈ ਬੰਦ ਹੋ ਗਈ, ਕਿਉਂਕਿ ਹਰ ਰੋਜ਼ ਅੰਨ ਖਾਣ ਨਾਲ ਆਪਣਾ ਜਿਹੜਾ ਸੈਂਸਰ ਹੈ ਜਿਹੜਾ D1 ਡਿਊਡੀਨਮ ਦਾ ਫਸਟ ਪਾਰਟ ਹੈ, ਉਹ ਸਭ ਤੋਂ ਪਹਿਲਾਂ ਫੂਡ ਨੂੰ ਵੈਲਕਮ ਕਰੂਗਾ ਨਾ ਸਟਮਕ ਤੋਂ ਬਾਅਦ, ਸਿਗਨਲ ਜਿਹੜੇ ਪੈਂਕਰੀਅਸ ਨੂੰ ਜਾਣੇ ਕਿੱਥੋਂ ਆ, ਫਸਟ ਪਾਰਟ ਆਫ ਦਾ ਇੰਟੈਸਟਾਈਨ, ਡਿਊਡੀਨਮ ਤੋਂ ਆਏ, ਠੀਕ ਆ, ਫਸਟ ਪਾਰਟ ਆਫ ਦਾ ਇੰਟੈਸਟਾਈਨ ਦੇ ਵਿੱਚ ਸੈਂਸਰ ਨੇ, ਉਹ ਸੈਂਸਰ ਆਪਾਂ ਵੀਕ ਕਰ ਲੈਂਦੇ ਹਾਂ ਖਾ ਖਾ ਕੇ, ਓਵਰ ਪੀਰੀਅਡ ਖਾ ਕੇ ਕਿਉਂਕਿ ਰੋਜ਼ ਹੀ ਕਣਕ, ਰੋਜ਼ ਹੀ ਆਪਣੇ ਇੰਡੀਅਨ ਡਾਈਟ 'ਚ ਜ਼ਿਆਦਾ ਆਪਣੇ ਜ਼ਿਆਦਾ, ਚੱਕਰ ਇਹ ਹੈ ਕਿ ਪੈਂਕਰੀਅਸ ਇਹਨਾਂ ਦਾ ਸਲੀਪਿੰਗ ਮੋਡ 'ਚ ਚਲੇ ਜਾਂਦਾ। ਹੁਣ ਕੀ ਫਰਕ ਹੈਗਾ, ਹੁਣ ਜਦੋਂ ਇਹ ਖਾਣਗੇ ਮਿੱਠੇ ਚਾਹ ਦੇ ਕੇ ਦੇਖੋ ਇਹਨਾਂ ਨੂੰ ਨਾਲ 2 ਬਿਸਕਿਟ, 2 ਘੰਟੇ ਬਾਅਦ ਸ਼ੂਗਰ ਚੈੱਕ ਕਰੋ, ਇੱਕ ਵਾਰੀ ਤਾਂ ਉੱਪਰ ਜਾਊਗੀ, ਇੱਕ ਵਾਰ ਮਿੱਠੀ ਚਾਹ ਪੀਤੀ ਬਿਸਕਿਟ ਖਾਂਦੇ ਹੋ ਸਕਦਾ 200 ਚੱਲ ਜਾਏ, ਪਰ ਆਫਟਰ 1.5 to 2 hours ਜਿਹੜੀ ਸ਼ੂਗਰ ਆ ਇਹਨਾਂ ਦੀ ਉਹ ਡਾਊਨ ਆ ਜਾਣੀ। ਇਹ ਐਮ ਜੀ ਬੀ ਇਫੈਕਟ ਹੈ, ਕਿਉਂਕਿ ਹੁਣ ਕੀ ਹੋ ਗਿਆ, ਸੈਂਸਰ ਨਵਾਂ ਹੋ ਗਿਆ, ਫੂਡ ਅੱਗੇ ਚਲਾ ਗਿਆ, 150 cm ਬਾਈਪਾਸ ਆ, 5 ਫੁੱਟ ਅੱਗੇ ਫੂਡ ਚਲਾ ਗਿਆ, ਉਹਦੇ ਨਾਲ ਸੈਂਸਰ ਨਵਾਂ ਹੋ ਗਿਆ, ਹੁਣ ਉਹੀ ਮਿੱਠਾ ਤੁਹਾਡਾ ਜਦੋਂ ਖਾਂਦੇ ਹੋ ਉਹ ਸਿਗਨਲ ਪੈਂਕਰੀਅਸ ਨੂੰ ਹਾਈ ਐਂਪਲੀਟਿਊਡ ਸਿਗਨਲ ਜਾਂਦਾ, ਉਹਦੇ ਨਾਲ ਫਿਰ ਉਹ ਪੈਂਕਰੀਅਸ ਇੱਕਦਮ ਇਨਸੁਲਿਨ, ਤੁਹਾਨੂੰ ਸਮਝ ਲਓ ਇਨਸੁਲਿਨ ਪੰਪ ਲੱਗਿਆ ਹੋਇਆ ਸਰ, ਉਹ ਨਿਊਲੀ ਮਤਲਬ ਸਿਗਨਲ ਆ ਜਾਂਦਾ ਉਹ ਸਿਗਨਲ ਨਾਲ ਇੱਕਦਮ, ਫਿਰ ਇਹਨਾਂ ਦੀ ਤੁਸੀਂ ਦੇਖੋਗੇ 2 ਘੰਟੇ ਬਾਅਦ ਸ਼ੂਗਰ, ਜੇ ਪਹਿਲਾਂ ਇਸ ਵੇਲੇ 120 ਸੀ ਤਾਂ ਉਦੋਂ 80 'ਤੇ ਆ ਜਾਣੀ। ਅੱਛਾ, ਫਿਰ ਇਹ ਹੌਲੀ 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 ਹੁੰਦਾ ਹੁੰਦਾ ਪੈਂਕਰੀਅਸ ਐਕਟਿਵ ਹੋ ਜਾਂਦਾ ਪੂਰਾ, ਸਿਗਨਲ ਪੂਰੇ ਜਾਣ ਲੱਗ ਜਾਂਦੇ ਆ, ਇੱਧਰੋਂ ਖੁਰਾਕ ਵੱਧ ਜਾਂਦੀ ਆ ਹੌਲੀ ਹੌਲੀ। ਜਿਵੇਂ 2 ਸਾਲ ਹੋ ਗਏ ਸਰਜਰੀ ਨੂੰ, ਇਹਨਾਂ ਨੇ ਕਹਿਣਾ 2 ਪਰੌਂਠੇ ਤਾਂ ਮੈਂ ਇੱਦਾਂ ਖਾ ਲੈਂਦੀ ਹਾਂ, ਕੋਈ ਪ੍ਰੋਬਲਮ ਹੀ ਨਹੀਂ ਹੈਗੀ ਮੈਨੂੰ, ਠੀਕ ਹੈ, ਫਿਰ ਇਹਨਾਂ ਨੇ ਖਾਣ ਲੱਗ ਜਾਣਾ ਸਵੇਰੇ ਸਵੇਰੇ ਆਲੂ ਦੇ ਪਰੌਂਠੇ ਜਾਂ ਕੋਈ ਹੋਰ, ਠੀਕ ਹੈ, ਫਿਰ 2 ਘੰਟੇ ਬਾਅਦ ਇਹ ਕਹਿਣਗੇ ਵੀ ਹੁਣ ਪਤਾ ਨਹੀਂ ਕੀ ਹੁੰਦਾ, ਕਿਉਂਕਿ ਹਜੇ ਤਾਂ ਤੁਸੀਂ 2 ਪਰੌਂਠੇ ਨਹੀਂ ਨਾ ਖਾਂਦੇ, ਹਜੇ ਤਾਂ ਤਾਜ਼ਾ ਆਪਰੇਸ਼ਨ ਹੈ, ਥੋੜ੍ਹੇ ਨਾਲ ਕੰਮ ਚੱਲ ਜਾਂਦਾ, ਪਰ ਜਦੋਂ 2 ਪਰੌਂਠੇ ਖਾਣ ਦੇ ਲਾਇਕ ਹੋ ਗਏ ਫਿਰ ਡੰਪਿੰਗ ਵੱਧ ਜਾਂਦੀ ਹੈ, ਫਿਰ ਇਹਨਾਂ ਨੂੰ ਪਰੌਂਠੇ ਖਾਣ ਤੋਂ ਬਾਅਦ ਡੰਪਿੰਗ ਹੋਊਗੀ, ਸ਼ੂਗਰ 2-3 ਘੰਟੇ ਬਾਅਦ ਸ਼ੂਗਰ ਨੇ ਡਾਊਨ ਆਇਆ, ਦੈਟ ਸ਼ੋਜ਼ ਕਿ ਆਪਰੇਸ਼ਨ ਕੰਮ ਕਰ ਰਿਹਾ, ਪਰ ਬਹੁਤ ਸਾਰੇ ਪੇਸ਼ੈਂਟ ਇਹ ਗੱਲ ਨੂੰ ਸਮਝ ਨਹੀਂ ਸਕਦੇ, ਉਹਨੇ ਫਿਰ ਅਗਲੇ ਦਿਨ ਪਰੌਂਠੇ ਖਾਣੇ ਆ, ਫਿਰ ਸ਼ੂਗਰ ਡਾਊਨ ਆਊਗੀ, ਫਿਰ ਤੁਸੀਂ ਜੇ ਮਿੱਠੀ ਚਾਹ ਪੀ ਲਈ ਫਿਰ ਇੱਕ ਵਾਰੀ ਅੱਪ ਹੋਊਗੀ, ਪਰ 2 ਘੰਟੇ ਬਾਅਦ ਉਹਨੇ ਫਿਰ, ਕਿਉਂਕਿ ਉਹ ਤਾਂ ਵਿਸ਼ੇਸ ਸਾਈਕਲ ਹੋ ਗਿਆ ਨਾ, ਅਤੇ ਇਸ ਲਈ ਇਹਦੇ 'ਚ ਬੈਸਟ ਹੈ ਕਿ ਮਿੱਠਾ ਜਾਂ ਪਰੌਂਠੇ ਜਾਂ ਅੰਨ ਇਹ ਬਹੁਤ ਘੱਟ ਹੀ ਰੱਖੋ, ਜਿਹੜਾ ਵੀ ਤੁਹਾਡਾ ਮੀਲ ਆ ਉਹ 'ਚ 80% ਬਾਕੀ ਚੀਜ਼ਾਂ ਹੋਣ, ਪ੍ਰੋਟੀਨ ਐਡ ਕਰ ਲੈ, ਫਾਈਬਰ ਪ੍ਰੋਟੀਨ, ਠੀਕ ਹੈ, ਜਿਵੇਂ ਸੈਲਡ ਸ਼ੁੱਡ ਬੀ ਲਾਈਕ ਮੈਡੀਸਿਨ, ਇਹਨਾਂ ਨੇ ਖਾਣਾ ਹੀ ਖਾਣਾ, ਥਾਲੀ ਸਿਸਟਮ ਰੱਖੋ, ਸੈਲਡ ਸਬਜ਼ੀ ਦਹੀਂ ਇਹ ਜ਼ਰੂਰੀ ਆ, ਬਾਅਦ 'ਚ ਫੁਲਕੇ ਨੂੰ ਪਾਓ। ਸੋ ਆਹ ਹਮੇਸ਼ਾ ਯਾਦ ਰੱਖਣਾ ਕਿ ਅੰਨ 'ਤੇ ਜ਼ੋਰ ਨਹੀਂ ਦੇਣਾ, ਪਰੌਂਠੇ ਚਾਵਲ ਇਹ ਹੁਣ ਤੋਂ ਹੀ ਆਦਤ ਪਾ ਲਓ, ਸਲਾਦ ਖਾਣਾ ਦਬਾ ਕੇ, ਔਰ 2 ਘੰਟੇ ਬਾਅਦ ਭੁੱਖ ਲੱਗਦੀ ਹੈ ਨਾ, ਖੋ ਪੈਂਦੀ ਹੈ, ਉਦੋਂ ਫਿਰ ਭੁੱਖੇ ਨਹੀਂ ਰਹਿਣਾ ਹੈਗਾ, ਫਿਰ ਸ਼ੂਗਰ ਘੱਟ ਜੂਗਾ, ਉਦੋਂ ਫਿਰ ਕੋਈ ਕੇਲਾ ਕੋਈ ਸੇਬ, ਹੁਣ ਪੁਰਾਣਾ ਫਾਰਮੂਲਾ ਨਹੀਂ ਹੈਗਾ ਵੀ ਜੀ ਕੇਲਾ ਨਹੀਂ ਖਾਣਾ ਜਾਂ ਸੇਬ ਨਹੀਂ ਖਾਣਾ, ਹੁਣ ਇਹ ਜੋ ਮਰਜ਼ੀ ਖਾਣ, ਆਲੂ ਬੁਖਾਰਾ ਖਾਓ, ਨਾਸ਼ਪਾਤੀ ਖਾਓ, ਠੀਕ ਹੈ, ਸੇਬ ਖਾਓ, 2 ਘੰਟੇ ਬਾਅਦ ਕੁਛ ਨਾ ਕੁਛ ਖਾਣਾ ਹੀ ਖਾਣਾ, ਉਹਦੇ 'ਚ ਮੇਨ ਹੈਗਾ ਫਰੂਟਸ ਨੇ ਡਿਫਰੈਂਟ ਤਰ੍ਹਾਂ, ਜੇ ਕਿਤੇ ਵਿੱਚ ਫਰੂਟ ਖਾਣ ਨੂੰ ਨਹੀਂ ਦਿਲ ਕਰਦਾ ਲੱਸੀ ਦਾ ਗਲਾਸ ਪੀ ਲਓ, ਇੱਕ ਕੋਈ ਰਾਇਤਾ ਖਾ ਲਿਆ, ਦਹੀਂ ਖਾ ਲਿਆ, ਕਦੇ ਸਬਜ਼ੀ ਦੀ ਕੌਲੀ ਖਾ ਲਈ,
ਜਾਂ ਫਿਰ ਨਟਸ ਬਹੁਤ ਵਧੀਆ ਨੇ, ਕਾਜੂ ਬਦਾਮ ਤਾਂ ਮਤਲਬ ਸਾਰਾ ਦਿਨ ਚੱਲਣ ਦੋ, ਠੀਕ ਹੈ।